ਤੁਸੀਂ ਇਹ ਕਹਿ ਰਹੇ ਹੋ ਬੱਚਾ ਘਰੇ ਤੁਹਾਡੇ ਨਹੀਂ ਪਹੁੰਚਿਆ ਹਰਚਰਨ ਸਿੰਘ, ਜੇ ਕੱਲ ਤੋਂ ਉਹਦੀ ਲੋਕੇਸ਼ਨ ਇਹ ਆ ਜਾਂਦੀ ਹੈ ਵੀ ਬੇਟਾ ਤੁਹਾਡੇ ਘਰੇ ਗਿਆ ਸੀ, ਤੁਸੀਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੋ? ਤੇ ਸੱਚਾਈ ਕੀ ਸਾਹਮਣੇ ਆਈ ਹੈ ਜੀ? ਸੱਚਾਈ ਇਹ ਵੇ ਕਿ ਮੁੰਡਾ ਗਿਆ ਹੈ, ਮੁੰਡੇ ਨੂੰ ਕਰੰਟ ਲੱਗਾ, ਗੁਆਂਢੀਆਂ ਦੀ ਤਾਰਾਂ ਲੱਗੀਆਂ ਹੋਈਆਂ ਸੀ ਗੱਡੀ ਦੇ ਵਿੱਚ, ਉਹਦੇ ਪੈਰਾਂ ਨੂੰ ਕਰੰਟ ਲੱਗਿਆ, ਮੁੰਡਾ ਖਤਮ ਹੋ ਗਿਆ। ਫਿਰ ਤੁਸੀਂ ਉਹ ਪਰਿਵਾਰ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਹਾਡੇ ਕਰਕੇ ਸਾਡੇ ਤੇ ਦੋਸ਼ ਲੱਗਦਾ ਵੀ ਤੁਸੀਂ ਕਲੀਅਰ ਕਰੋ? ਕੁੜੀ ਨੂੰ ਬਖਲਾਣ ਵਾਲਾ ਮੁੰਡੇ ਦਾ ਚਾਚਾ, ਉਹ ਮੇਰਾ ਫਰੈਂਡ ਸੀ, ਉਹ ਬੰਦੇ ਨੇ ਯਾਰ ਮਾਰ ਕੀਤੀ। ਤੁਸੀਂ ਬੂਟਾ ਸਿੰਘ ਜੀ ਬੋਲ ਰਹੇ ਹੋ? ਹਾਂਜੀ ਭਾਜੀ। ਭਾਜੀ ਜਿਹੜਾ ਅੱਜ ਮਸਲਾ ਚੱਲਦਾ ਪਿਆ ਹਰਚਰਨ ਸਿੰਘ ਦੇ ਕਤਲ ਕੇਸ ਦਾ, ਉਹਦੀ ਬਾਬਤ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂਜੀ ਹਾਂਜੀ। ਤੁਸੀਂ ਲੜਕੀ ਦੇ ਪਿਤਾ ਜੀ ਹੋ? ਹਾਂਜੀ। ਤੇ ਤੁਸੀਂ ਸਭ ਤੋਂ ਪਹਿਲਾਂ ਤੁਹਾਡੀ ਪੱਖ ਕੀ ਹੈ ਤੇ ਤੁਸੀਂ ਇਹ ਪੱਖ ਦੇਣ ਚ ਇੰਨੀ ਦੇਰੀ ਕਿਉਂ ਕੀਤੀ? ਅਸੀਂ ਤਾਂ ਹੱਕਿਆ ਵੀ ਜਦੋਂ ਜੋ ਪੁਲਿਸ ਦੀ ਕਾਰਵਾਈ ਹੋ ਰਹੀ ਹੈ, ਸਭ ਕੁਛ ਹੋਏਗਾ, ਜਾਂਚ ਹੋ ਰਹੀ ਹੈ, ਸਭ ਕੁਛ ਸੱਚਾਈ ਉਹ ਸਾਹਮਣੇ ਆਏਗੀ, ਉਹ ਸਾਹਮਣੇ ਆਈ ਵੀ ਹੈ। ਤੇ ਸੱਚਾਈ ਕੀ ਸਾਹਮਣੇ ਆਈ ਹੈ ਜੀ? ਸੱਚਾਈ ਇਹ ਵੇ ਕਿ ਮੁੰਡਾ ਗਿਆ ਹੈ, ਮੁੰਡੇ ਨੂੰ ਕਰੰਟ ਲੱਗਾ, ਕਰੰਟ ਗੁਆਂਢੀਆਂ ਦੀ ਤਾਰਾਂ ਲੱਗੀਆਂ ਹੋਈਆਂ ਸੀ ਗੱਡੀ ਦੇ ਵਿੱਚ, ਉਹਦੇ ਪੈਰਾਂ ਨੂੰ ਕਰੰਟ ਲੱਗਿਆ, ਮੁੰਡਾ ਖਤਮ ਹੋ ਗਿਆ। ਤੇ ਜਿਹੜੀ ਜਾਂਚ ਚੱਲਦੀ ਪਈ ਹੈ ਤੁਸੀਂ ਉਹਦੇ ਨਾਲ ਸਾਰੀ ਨਾਲ ਸਹਿਮਤ ਹੈਗੇ ਹੋ? ਹਾਂਜੀ ਬਿਲਕੁਲ ਜੀ, ਪੁਲਿਸ ਤੇ ਪੂਰਾ ਵਿਸ਼ਵਾਸ। ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈਗੀ ਆ ਉਹਦੇ ਵਿੱਚ ਕਰੰਟ ਕਿੱਥੇ ਦੱਸਿਆ ਗਿਆ ਤੁਹਾਡੇ ਮੁਤਾਬਕ? ਪੈਰਾਂ ਨੂੰ ਲੱਗਾ ਜੀ। ਪਰ ਜਿਹੜੇ ਉਹਦੇ ਜੀਜਾ ਜੀ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਵੀ ਗੋਡਿਆਂ ਤੇ ਲੱਗਿਆ। ਭਾਈ ਸਾਹਿਬ ਜਦੋਂ ਮਤਲਬ ਕਿ ਆਪਾਂ ਤਾਰ ਕੋਈ ਵੀ ਜੰਗਲ ਦੇ ਕੰਢੇ ਯੂਪੀ ਵਾਲ ਸਾਰੇ ਵੀ ਜਿੰਨੇ ਲੋਕ ਨੇ ਆਪਣੇ ਜਾਨਵਰਾਂ ਨੂੰ ਬਚਾਉਣ ਵਾਸਤੇ ਗੰਨਿਆਂ ਦੇ ਵਿੱਚ ਛੋਟੀ ਛੋਟੀ ਆਪਾਂ ਤਾਰ ਲਾ ਦਿੰਦੇ 2-3 ਫੁੱਟ ਦੇ ਜੀ, ਨਿੱਕੇ ਨਿੱਕੇ ਕਿੱਲੇ ਕੱਢ ਕੇ ਵੀ ਗੰਨਾ ਨੂੰ ਗੰਨਾ ਜਾਂ ਕਮਾਦ ਲਾ ਲਓ, ਕਿਤੇ ਜਾਨਵਰ ਨਾ ਵੜਨ ਉਹ ਕਰੰਟ ਨੂੰ ਲਾ ਕੇ ਛੱਡ ਕੇ ਝਟਕਾ ਲਾ ਕੇ ਉਹ ਭੱਜ ਜਾਂਦੇ ਨੇ ਵੀ ਗੰਨਾ ਬਰਬਾਦ ਨਾ ਕਰਨ ਨੂੰ, ਤੇ ਬਸ ਇੰਨੇ ਕੁ ਸਮਝ ਲਾ ਲਓ ਵੀ ਉਹ 2 ਫੁੱਟ ਦੇ ਲਾ ਤਾਰ ਲਾਈ ਹੁੰਦੀ ਆਪਾਂ ਸੂਰਾਂ ਦੇ ਹਿਸਾਬ ਨਾਲ, ਸੂਰ ਜਾਂ ਗਿੱਦੜ ਨਾ ਵੜਨ, ਇੰਨੀ ਕੁ ਤੇ ਲੱਗੀ ਆ। ਤੇ ਉਹ ਜਿਹੜਾ ਜਿੱਥੇ ਲੜਕੇ ਦੀ ਲਾਸ਼ ਮਿਲਦੀ ਹੈ ਉਹ ਤੁਹਾਡੇ ਘਰ ਕਿੰਨੀ ਕੁ ਦੂਰ ਸੀ ਜਗ੍ਹਾ ਜੀ? ਉਹ ਲਾ ਲਓ ਜੀ 1.5 ਕਿੱਲਾ। 1.5 ਕਿੱਲਾ? ਤੁਸੀਂ ਇਹ ਕਹਿੰਦੇ ਹੋ ਵੀ ਲੜਕਾ ਤੁਹਾਡੇ ਘਰੇ ਗਿਆ ਹੀ ਨਹੀਂ ਜੀ? ਨਹੀਂ ਜੀ। ਤੁਹਾਡੀ ਲੜਕੀ ਇਹ ਬਾਰ ਬਾਰ ਫਿਰ ਕਿਉਂ ਕਹਿੰਦੀ ਹੈ ਵੀ ਤੁਸੀਂ ਉਹ ਖੇਤ ਵਿੱਚ ਜਾ ਕੇ ਦੇਖੋ ਉੱਥੇ ਹੋ ਸਕਦੀ ਹੈ, ਉਹ ਆਵਾਜ਼ ਤੁਹਾਡੀ ਲੜਕੀ ਦੀ ਹੈ? ਹਾਂ, ਉਹ ਲੜਕੀ ਨੇ ਲੜਕੀ ਨੂੰ ਜਿਹੜੇ ਉਹਦੇ ਨਾਲ ਮੁੰਡੇ ਗਏ ਨੇ ਪਾਰ ਕੇ ਆਏ ਨੇ ਜਿਹੜੇ ਮੁੰਡੇ ਜੀ, ਉਹਨਾਂ ਨੂੰ ਉਹਨੂੰ ਫੋਨ ਤੇ ਗੱਲ ਕੀਤੀ ਵੀ ਉਹ ਮੁੰਡਾ ਵਾਪਸ ਨਹੀਂ ਆਇਆ ਜਾਂ ਤੁਹਾਡੇ ਕੋਲ ਪਹੁੰਚ ਗਿਆ, ਉਹਨੇ ਮੇਰੇ ਕੋਈ ਨਹੀਂ ਪਹੁੰਚਿਆ, ਤੇ ਉਹਨੇ ਜਿਹਨੇ ਦੱਸਿਆ ਸੀ ਇੱਥੇ ਮੈਂ ਫੋਨ ਫੜਾ ਆਵਾਂਗਾ ਜੀ, ਜੇ ਉਹ ਉੱਧਰ ਨੂੰ ਗਿਆ ਉਹਨੇ ਉਹ ਕੁੜੀ ਨੇ ਉਹ ਆਖਿਆ ਵੀ ਜਾ ਕੇ ਉੱਧਰ ਵੇਖੋ ਵੀ ਇੱਧਰ ਦੇ ਆਇਆ ਕੋਈ ਨਹੀਂ, ਜਿੱਥੇ ਉਹ ਆਇਆ ਮੈਂ ਉੱਥੇ ਉਹ ਨਹੀਂ ਹੈਗਾ ਵੀ ਉੱਧਰੋਂ ਗਾਂ ਆਇਆ ਹੀ ਨਹੀਂ, ਉਹ ਜਿਹੜਾ ਗੰਨਾ ਸੀ ਉਹ ਗੁਆਂਢੀਆਂ ਦਾ ਗੰਨਾ। ਪਰ ਤੁਹਾਨੂੰ ਨੀ ਲੱਗਦਾ ਵੀ ਜਿਵੇਂ ਜਿਸ ਤਰੀਕੇ ਦੇ ਨਾਲ ਬੇਟੀ ਗੱਲ ਕਰਦੀ ਹੈ ਬਹੁਤ ਸਲੋ ਉਹਦੇ ਆਵਾਜ਼ ਦੇ ਵਿੱਚ, ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਕੁਛ ਨਾ ਕੁਛ ਜਾਂਚ ਦਾ ਵਿਸ਼ਾ ਹੈਗਾ? ਘਰੋਂ ਚੋਰੀ ਕਰਨਾ ਤੇ ਬੱਚੇ ਨੇ ਹੌਲੀ ਗੱਲ ਕਰਨੀ ਭਾਈ, ਘਰਦੇ ਸਾਹਮਣੇ ਕੋਈ ਬੱਚਾ ਕਰਦਾ ਗੱਲ? ਜਿਹੜੀ ਉਹ ਗੱਲਬਾਤ ਇਹਨਾਂ ਦੀ ਆਪਸ ਦੀ ਫਰੈਂਡਸ਼ਿਪ ਸੀਗੀ, ਤੁਹਾਡੇ ਪਰਿਵਾਰ ਨੂੰ ਪਤਾ ਸੀ ਉਹਦੇ ਬਾਰੇ? ਕਿਸੇ ਨੂੰ ਕੁਛ ਨੀ ਪਤਾ ਜੀ। ਜੀ ਅੱਛਾ, ਹੁਣ ਜੇ ਪੁਲਿਸ ਜਾਂਚ ਕਰਦੀ ਹੈ ਤੁਸੀਂ ਇਹ ਕਹਿ ਰਹੇ ਹੋ ਬੱਚਾ ਘਰੇ ਤੁਹਾਡੇ ਨਹੀਂ ਪਹੁੰਚਿਆ ਹਰਚਰਨ ਸਿੰਘ, ਜੇ ਕੱਲ ਤੋਂ ਉਹਦੀ ਲੋਕੇਸ਼ਨ ਇਹ ਆ ਜਾਂਦੀ ਹੈ ਵੀ ਬੇਟਾ ਤੁਹਾਡੇ ਘਰੇ ਗਿਆ ਸੀ, ਤੁਸੀਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੋ? ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ, ਪੁਲਿਸ ਨੇ ਹਰ ਤਰ੍ਹਾਂ ਦੀ ਜਾਂਚ ਕਰ ਲਈ ਹੈ, ਪੁਲਿਸ ਨੇ ਆਪ ਪੁਲਿਸ ਦੀਆਂ ਟੀਮਾਂ ਵੀ ਆ ਚੁੱਕੀਆਂ ਨੇ, ਡੋਗ ਸਪੋਟ ਵਗੈਰਾ ਕ੍ਰਾਈਮ ਬ੍ਰਾਂਚ ਵਾਲੇ ਵੀ ਉੱਥੇ ਆ ਚੁੱਕੇ ਨੇ ਜੀ। ਹਾਂਜੀ, ਉਹ ਜਿੱਧਰ ਦੀ ਮੁੰਡਾ ਗਿਆ ਜਿੱਥੋਂ ਦੀ ਵਾਪਸ ਆਇਆ ਉੱਥੋਂ ਤੱਕ ਹੀ ਜਾਂਦੇ ਨੇ, ਗਾਂ ਕੋਈ ਕਿਤੇ ਨਹੀਂ ਗਿਆ ਜੀ। ਅੱਛਾ ਇੱਕ ਸਵਾਲ ਇਹ ਬਣਦਾ ਵੀ ਪਹਿਲੇ ਉਸਦਾ ਫੋਨ ਬੰਦ ਹੁੰਦਾ ਲੜਕੇ ਦਾ, ਫੋਨ ਬੰਦ ਹੋਣ ਤੋਂ ਬਾਅਦ ਫੇਰ ਚੱਲ ਪੈਂਦਾ, ਇਹ ਕਿਸ ਤਰ੍ਹਾਂ ਹੋ ਸਕਦਾ ਜੀ? ਇਹਦੇ ਬਾਰੇ ਵੀ ਕੁਝ ਨੀ ਪਤਾ, ਇਹ ਮੁੰਡੇ ਜਾਂ ਚੁੱਕ ਕੇ ਲੈ ਆਏ ਨੇ ਫੋਨ ਜਾਂ ਮੁੰਡੇ ਨੂੰ ਵੇਖਣ ਗਏ ਨੇ ਪਿੱਛੇ, ਜਿਹੜੇ ਮੁੰਡੇ ਉਹਦੇ ਨਾਲ ਨੇ ਸ਼ਾਇਦ ਉਹਨਾਂ ਚੁੱਕਿਆ ਹੋਵੇ ਜੀ। ਹਾਂਜੀ, ਤੁਹਾਡੀ ਹੁਣ ਤਾਜ਼ਾ ਕਦੋਂ ਤੁਹਾਡੀ ਬੇਟੀ ਨਾਲ ਤੁਹਾਡੀ ਗੱਲ ਹੋਈ ਹੈ? ਮੇਰੀ ਅੱਗੇ ਹੋਈ। ਅੱਛਾ, ਉਸ ਤੋਂ ਬਾਅਦ ਤੁਹਾਡੀ ਗੱਲ ਹੀ ਨਹੀਂ ਹੋਈ? ਨਹੀਂ ਜੀ। ਇਦਾਂ ਕਿਵੇਂ ਹੋ ਸਕਦਾ ਵੀ ਜਦੋਂ ਏਡਾ ਵੱਡਾ ਪਰਿਵਾਰ ਦੇ ਉੱਤੇ ਭਾਣਾ? ਮੈਨੂੰ ਪਰਿਵਾਰ ਮਤਲਬ ਕਿ ਉਹ ਇਹਨੇ ਡਿਸਪੈਸ਼ਨ ਤੁਰ ਗਈ ਹੈ, ਮਤਲਬ ਹੋਈ ਜਾਂਦੀ ਉਹ ਗੱਲ ਹੀ ਨਹੀਂ ਕਰਦੀ, ਉਹ ਆਂਦੀ ਮੇਰੀ ਕੋਈ ਗਲਤੀ ਨਹੀਂ ਹੈਗੀ। ਪਰ ਜਿਹੜੇ ਲੋਕ ਕਹਿ ਰਹੇ ਵੀ ਉਹਨੇ ਸੁਸਾਈਡ ਵੀ ਕਰ ਲਈ ਹੈਗੀ ਹੈ, ਉਹਨਾਂ ਨੂੰ ਤੁਸੀਂ ਕੀ ਕਹਿ?
ऐसा कुछ नहीं, सब अफवाह फैला रहे ने, गलत फोटो ला के गलत वायरल कर रहे ने। कुड़ी नूं बखलाण वाला मुंडे का चाचा है, वह मेरा फ्रेंड सी, उहदा नाम गुरसेवक सिंह, उन्हें जान बुझ के कुड़ी नूं आख्या भी तू गल कर तेरे तेरे चाचियां तेरे ताया ना तेरे प्यो ना ही सारे ना गल करके गल कर लांगे, तू टेंशन ना लै, ही आपे सारी गल मैं आपे नबेड़ लांगा। वह बचपन तो साडे घर आउण जाण सी बंदे का, वह बंदे ने जान मार कीती अगर कुड़ी जां मुंडे जे किसे च गलती समझदारी उहनूं पता लगा सी ते उह दोवां फैमिलियां नूं दस सकदा सी बंदा कि दोवां बंदियां दी रिश्तेदारी है, एक महीने यारी दोस्ती है, उधर उहनां दी शायद रिश्तेदारी मुंडे वालिआं नाल कोई चाचा ताया ऐसा कुछ लगदा है जी। पर जिन्हां दे दोष लगदा पिया ओह रियल चाचे इस समय कित्थे हैगे आ जी? एक ते रहिंदा ही पंजाब, उहनूं तां दो ढाई महीने हो गया इहनूं पंजाब, ओह अपना काम वार करन लिआ कोई, ते जिहड़े दूजे दा नाम लाण डए ने उहदे उधर घर ही ने, ओह मतलब सवेरे शहर आया ही, उहनूं मगरों पिंड नूं पिंड चों फोन गया वी तुहाडे गुआंढ इत्थे बड़ी लोक इकट्ठे होए ने, पुलिस इकट्ठी होई ते तूं वापस आ, फिर ओह उत्थे गया जी। हाँ जी, ते अपना पक्ष रखना चाहिदा सीगा। असी पुलिस जो पुलिस आई है, पुलिस ने सारी गल की, पुलिस ने चेक किया सारा कुछ, पुलिस नु इको गल आखी जो सही तथ्य वो सामने आना चाहिए, पुलिस ने भी कहा किसी ना कोई भी नजायज नहीं होंगी, जो रियलिटी है वो सामने आएगी। पुलिस ने सारी इंक्वायरी की है, पुलिस ने बहुत वधिया काम कर रही है, जो भी छानबीन कर रही जी। हाँ जी, ते तुसी जेडी अजकल वीडियो सारिया वायरल हो रही है, तुसी उन्हां नूं फेक मानदे हो कि ओ तुहाडे ते दोष? बिलकुल फेक ने, जां ते जेडे वीडियो बनाने वाले, मैं उन्होंने इको रिक्वेस्ट करदा वा कि पहला उत्थे जाओ वेखो भी गल सच की है, सुनी सुनाई ते इदां दी गां वीडियो ना बनाओ, कोई किसी कुड़ी नूं माड़ा आखी जांदा, कोई मुंडे नूं माड़ा आखी जांदा, रियलिटी की उस चीज़ ते जाओ, पहला उत्थे जाओ पता करो गल की है असल की, फिर उहदा वीडियो बनाउणा दा हक है, वीडियो बनाउणी चंगी गल है, मगर बने सच, सच्चाई सामने आउणी चाहीदी ना कि झूठ। जिहड़ा इह भाणा वापरे हरचरण सिंह दे, जदों असीं गल देखदे आ वी तिन भैणां विआहीआं होईआं ने, प्यो उहदा है नहीं हैगा, इक भैण उहदी हैंडीकैप्ड हैगी आ, तुहानूं परिवार दे नाल हमदर्दी है? ਭਾਜੀ ਹਰ ਕਿਸੇ ਬੰਦੇ ਨੂੰ ਹਮਦਰਦੀ ਹੁੰਦੀ, ਕਿਸੇ ਦਾ ਪੁੱਤ ਮਰੇ ਧੀ ਮਰੇ ਸਭ ਨੂੰ ਦੁੱਖ ਕੋ ਜਾਂਦਾ, ਕੌਣ ਜਾਂਦਾ ਕਿਸੇ ਦਾ ਕੀ ਧੀ ਪੁੱਤ ਮਰੇ? ਫਿਰ ਤੁਸੀਂ ਉਸ ਤੋਂ ਬਾਅਦ ਤੁਹਾਡੇ ਪਰਿਵਾਰ ਨੇ ਜਾਂ ਤੁਸੀਂ ਉਹ ਪਰਿਵਾਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ? ਉਹ ਪਰਿਵਾਰ ਦੇ ਭਾਜੀ ਸਾਡੀ ਕੋਈ ਸੁਣੀ ਕੋ ਨਹੀਂ, ਸਿੱਧਾ ਹੀ ਆ ਕੇ ਉਹ ਲਾਈ ਜਾਂਦੇ ਵੀ ਮਾਰੇ ਇੰਨਾ ਮਾਰੇ ਇੰਨਾ, ਜਾਂ ਤੇ ਪਤਾ ਕਰੋ ਨਾ, ਇੱਕ ਤੁਹਾਡਾ ਬੱਚਾ ਉਹ ਆਪ ਆਖਣ ਡੇ ਤੇ ਸਾਡਾ ਬੱਚਾ ਗੁਰਦੁਆਰੇ ਗਿਆ, ਇੱਥੋਂ ਉਹ ਗੁਰੂ ਘਰ ਗਿਆ, ਗੁਰੂ ਘਰੋਂ ਵੀ ਖੰਡ ਪਾਠ ਦਾ ਸੇਵੇ ਖੰਡ ਪਾਠ ਰੱਖਿਆ, ਗੁਰੂ ਘਰ ਸੇਵਾ ਕਰਨ ਗਿਆ, ਉੱਥੋਂ ਕਿਸੇ ਮੁੰਡੇ ਨੂੰ ਨਾਲ ਲੈਂਦਾ ਹੈ, ਉਦੋਂ ਇੱਕ ਤੀਜੇ ਪਿੰਡ ਜਾਂਦਾ, ਉੱਥੋਂ ਇੱਕ ਮੁੰਡੇ ਨੂੰ ਹੋਰ ਨਾਲ ਲੈਂਦਾ, ਫਿਰ ਉਹ ਦੂਜੇ ਪਿੰਡ ਜਾਂਦੇ, ਉੱਥੋਂ 30 ਕਿਲੋਮੀਟਰ ਮੁੰਡਾ ਦੂਰ ਜਾਂਦਾ ਜੀ, 25-30 ਕਿਲੋਮੀਟਰ ਦੂਰ ਜਾਂਦਾ, ਤੇ ਘਰਦਿਆਂ ਨੂੰ ਉਦੋਂ ਨੀ ਪਤਾ ਲੱਗਣ ਡਿਆ ਵੀ ਤੁਹਾਡਾ ਬੱਚਾ ਗੁਰਦੁਆਰੇ ਗਿਆ ਕਿ ਨਹੀਂ ਗਿਆ, ਕਿੱਥੇ ਗਿਆ ਜੀ। ਹਾਂਜੀ, ਜੇਕਰ ਤੁਹਾਡੀ ਲੜਕੀ ਕਹਿੰਦੀ ਵੀ ਮੇਰੀ ਇਸ ਲੜਕੇ ਦੇ ਨਾਲ ਫਰੈਂਡਸ਼ਿਪ ਹੈਗੀ ਆ, ਤੁਸੀਂ ਉਹਦੇ ਨਾਲ ਵਿਆਹ ਕਰ ਦੇਣਾ ਸੀ? ਭਾਜੀ ਇਹ ਤੇ ਹੁਣ ਆਪਾਂ ਜਿਵੇਂ ਮਰਜ਼ੀ ਗੱਲਾਂ ਕਰੀਏ, ਇਹਦੇ ਬਾਅਦ ਦੀਆਂ ਗੱਲਾਂ ਨੇ, ਉਦੋਂ ਪਰਿਵਾਰ ਬਹਿੰਦੇ ਗੱਲ ਕਰਦੇ, ਹੁਣ ਤੇ ਆਪਾਂ ਜੋ ਮਰਜ਼ੀ ਆ ਸੀ, ਮੈਂ ਕਹਿੰਦਾ ਕਰਦਾ ਕਿ ਨਾ ਕਰਦਾ, ਹੁਣ ਮੈਂ ਇਹਦੇ ਤਾਂ ਕੋਈ ਜਵਾਬ ਨਹੀਂ ਹੈਗਾ। ਪਰ ਜਿਵੇਂ ਇਹ ਲੜਕੇ ਦੇ ਮਾਰਿਆ ਗਿਆ ਹੈਗਾ, ਇਸ ਨੂੰ ਤੁਸੀਂ ਮੰਨਦੇ ਵੀ ਇਹ ਗਲਤ ਹੋਇਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ? ਨਹੀਂ, ਧੀ ਪੁੱਤ ਕਿਸੇ ਦਾ ਵੀ ਨਹੀਂ ਮੰਨਣਾ ਚਾਹੀਦਾ, ਭਾਵੇਂ ਕਿਸੇ ਦਾ ਇੱਕ ਨੇ ਤਾਂ ਭਾਵੇਂ ਕਿਸੇ ਦੇ 5 ਨੇ ਜੀ। ਹਾਂਜੀ, ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੋ ਹੀ ਆਖਣਾ ਚਾਹੁੰਦਾ ਵੀ ਜੋ ਵਾਲਾ ਵੀਡੀਓ ਬਣਾਉਣ ਡਏ ਨੇ, ਫੇਕ ਗੱਲਾਂ ਕਰਨ ਡਏ, ਪਹਿਲਾਂ ਸੱਚਾਈ ਤੇ ਜਾਓ, ਸੱਚਾਈ ਵੇਖੋ ਉਦੋਂ ਬਾਅਦ ਬਣਾਓ। ਪਰ ਜਿਹੜੇ ਦੋਸ਼ ਉਹਦੇ ਕਜ਼ਨ ਬ੍ਰਦਰ ਹਰਚਰਨ ਸਿੰਘ ਦੇ ਨੇ ਤੇ ਉਹਦੇ ਜੀਜਾ ਜੀ ਨੇ ਲਾਏ ਨੇ, ਉਹ ਸਾਰੇ ਇਹ ਗੱਲ ਕਹਿ ਰਹੇ ਆ ਵੀ ਉਹਦੇ ਪੇਟ ਦੇ ਵਿੱਚ ਵੀ ਸੱਟਾਂ ਵੱਜੀਆਂ ਹੋਈਆਂ ਨੇ ਜੀ, ਤੇ ਉਹਨੂੰ ਕੁੱਟਿਆ ਵੀ ਗਿਆ, ਤੇ ਜੇ ਕਰੰਟ ਲੱਗਣਾ ਸੀ ਪੈਰਾਂ ਦੇ ਵਿੱਚ ਕਿਵੇਂ ਲੱਗ ਸਕਦਾ, ਜਦਕਿ ਉਹਦੇ ਚੱਪਲਾਂ ਦੇ ਉੱਤੇ ਕੋਈ ਨਿਸ਼ਾਨ ਅਜਿਹਾ ਨੀ। ਮੈਂ ਗੱਲ ਕੀਤੀ ਆ ਉਹਦੇ ਕਜ਼ਨ ਭਰਾ ਨਾਲ, ਉਹ ਕਹਿੰਦੇ ਪਜਾਮਾ ਵੀ ਉੱਪਰ ਚੱਕਿਆ ਹੋਇਆ ਸੀ, ਪਜਾਮਾ ਵੀ ਉੱਪਰ ਚੱਕਿਆ ਜਿਵੇਂ ਕੈਪਰੀ ਬਣਾਈ ਹੁੰਦੀ ਆ।
ਭਾਜੀ ਉਹਦੀਆਂ ਜਦੋਂ ਉੱਥੇ ਉਹਨਾਂ ਕੋਲ ਫੋਟੋਆਂ ਹੋਣਗੀਆਂ ਪੁਲਿਸ ਕੋਲ, ਡੈਡ ਬਾਡੀ ਦੀ ਹੋਟਲ ਖਿੱਚੀਆਂ ਹੋਣਗੀਆਂ, ਉਹ ਦੇਖੋ। ਹੁਣ ਮੈਂ ਆਖਣ ਨੂੰ ਜੋ ਮਰਜ਼ੀ ਆਖੀ ਜਾਵਾਂ, ਉਹ ਜੋ ਮਰਜ਼ੀ ਆਖੀ ਜਾਣ, ਸੱਚਾਈ ਤੇ ਫੋਟੋਆਂ 'ਚ, ਉੱਥੇ ਵੀਡੀਓ ਬਣੀ ਹੋਏਗੀ, ਉਹਨਾਂ ਫੋਟੋ ਕਲਿੱਕ ਕੀਤੀਆਂ ਹੋਣਗੀਆਂ। ਤੁਸੀਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੋ, ਜੇ ਕੱਲ ਹਰ ਕੋਈ ਵੀ ਜਾਂਚ ਨਿਕਲਦੀ ਹੈ ਤੁਸੀਂ ਉਹਦੇ ਲਈ? ਹਰ ਸਾਡਾ ਪੂਰਾ ਪਰਿਵਾਰ ਹਰ ਜਾਂਚ ਲਈ ਤਿਆਰ, ਸਾਡਾ ਪਰਿਵਾਰ ਕੀ, ਸਾਡਾ ਪੂਰਾ ਪਿੰਡ ਸਾਥ ਦੇਗਾ। ਤੁਹਾਡਾ ਪਿੰਡ ਸਾਥ ਦੇ ਰਿਹਾ ਹੁਣ ਅੱਜ ਦੇ ਸਮੇਂ 'ਚ? ਭਾਈ ਸਾਹਿਬ ਸੱਚਾਈ, ਸੱਚਾਈ ਵਾਸਤੇ ਸਾਥ ਦੇਗਾ ਜੀ, ਜੋ ਸੱਚਾਈ ਹੋਏਗੀ। ਨਹੀਂ ਹੁਣ ਅੱਜ ਦੀ ਪੋਜੀਸ਼ਨ 'ਚ ਕੀ ਹੈ ਭਾਈ ਸਾਹਿਬ? ਅੱਜ ਦੇ 'ਚ ਜਿੰਨੇ ਜਿਹਨੂੰ ਵੀ ਜਾ ਕੇ ਉਹਨੇ ਏਰੀਆ ਵੇਖਿਆ ਹੈ, ਥਾਂ ਵੇਖੀ, ਸੱਚਾਈ ਜਾਣੀ, ਉਹ ਸਭ ਆਉਂਦੇ ਨੇ ਵੀ ਇਹ ਗੱਲ ਝੂਠ ਹੈ, ਝੂਠਾ ਬਲੇਮ ਇਹਨਾਂ ਉੱਤੇ ਲੱਗ ਰਿਹਾ। ਇੱਕ ਸਵਾਲ ਵੀ, ਜਿਹੜਾ ਉਹ ਤੁਸੀਂ ਕਹਿ ਰਹੇ ਹੋ ਵੀ ਉਹ ਕਰੰਟ ਲੱਗਿਆ, ਲਗਾਇਆ ਨਹੀਂ ਗਿਆ, ਲੱਗਿਆ ਉਹ ਜਦੋਂ ਰਸਤੇ ਵਿੱਚ ਤਾਰ ਵਿਛੀ ਹੋਈ ਸੀ, ਫਿਰ ਤੁਸੀਂ ਉਹ ਪਰਿਵਾਰ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਹਾਡੇ ਕਰਕੇ ਸਾਡੇ 'ਤੇ ਦੋਸ਼ ਲੱਗਦਾ ਵੀ ਤੁਸੀਂ ਕਲੀਅਰ ਕਰੋ, ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜੀ? ਭਾਜੀ ਉਹ ਤਾਂ ਗੁਆਂਢੀ ਸਾਡੇ ਨਾਲ ਹੀ ਪੈਲੀ ਉਹਨਾਂ ਦੀ। ਅੱਛਾ, ਤੁਸੀਂ ਫਿਰ ਉਹਨਾਂ ਗੱਲ ਕੀਤੀ ਹੈ? ਭਾਜੀ ਆਪਣੇ ਆਪ 'ਚ ਕੌਣ ਆਉਂਦਾ ਵੀ ਮੈਂ ਮੇਰੇ ਕਰਕੇ ਕਰੰਟ ਲਗਾ ਦੇ, ਮੈਂ ਕਰੰਟ ਨੂੰ ਕੋਈ ਬਗਾਨਾ ਆ ਗਿਆ ਮੇਰੇ ਪੈਲੀ ਜਾ ਕੇ ਮਰ ਗਿਆ, ਕੋਈ ਆਪਣੇ ਆਪ ਆਉਂਦਾ? ਪਰ ਤੁਹਾਡੀ ਗੱਲ ਹੋਈ ਕਿ ਨਹੀਂ ਹੋਈ ਉਹਨਾਂ ਨਾਲ ਜੀ? ਨਹੀਂ ਅਜੇ ਕੋਈ ਨਹੀਂ ਹੋਈ ਉਹਨਾਂ ਨਾਲ ਗੱਲ, ਉਹ ਨਾ ਪੁਲਿਸ ਜਾਣ ਉਹਨਾਂ ਨੂੰ ਪੁੱਛਤਾਛ ਕਰ ਰਹੀ ਹੈ ਜੋ ਵੀ ਆਪਣੇ ਹਿਸਾਬ ਨੂੰ ਜੀ। ਤੇ ਹੋਰ ਕੋਈ ਇਸ ਮੈਸੇਜ ਕੋਈ ਦੇਣਾ ਚਾਹੋ ਤੁਸੀਂ ਖਾਸ? ਮੈਂ ਤਾਂ ਇਹੋ ਹੀ ਬਸ ਕਹਾਂਗਾ ਜੀ, ਗਲਤ ਅਫਵਾਹਾਂ ਨਾ ਖਿਲਾਰੋ, ਸੱਚਾਈ ਜਿਹੜੀ ਸੱਚ ਉਹਦੇ 'ਤੇ ਜਾਓ, ਬਸ ਇਹੋ ਹੀ ਗੱਲ ਮੈਂ ਤਾਂ ਕਹਾਂਗਾ।